ਪਿਛਲੇ ਮਹੀਨੇ ਖਬਰ ਨਸ਼ਰ ਹੋਈ ਸੀ ਕਿ ਇੰਗਲੈਂਡ ਦੇ ਵਿੱਚ ਜਲੰਧਰ ਦੇ ਰਹਿਣ ਵਾਲੇ ਗੁਰੂ ਅਸ਼ਮਨ ਦੀ ਮੌਤ ਹੋ ਗਈ ਹੈ। ਅੱਜ ਉਹਦਾ ਜਲੰਧਰ ਦੇ ਵਿੱਚ 11 ਜਨਵਰੀ ਨੂੰ ਅੰਤਿਮ ਸੰਸਕਾਰ ਹੋ ਰਿਹਾ। ਤਸਵੀਰਾਂ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਕਿ ਜਲੰਧਰ ਦੇ ਸ਼ਮਸ਼ਾਨ ਘਾਟ ਮਾਡਲ ਟਾਊਨ ਦੀਆਂ ਇਹ ਤਸਵੀਰਾਂ, ਜਿੱਥੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਜਿਸ ਤਰੀਕੇ ਦੇ ਨਾਲ ਪਰਿਵਾਰ ਨੂੰ ਇਹ ਖਬਰ ਮਿਲਦੀ ਹੈ ਕਿ ਉਹਨਾਂ ਦਾ ਜਿਹੜਾ ਬੇਟਾ ਹੈ, ਜਨਮ ਦਿਨ ਵਾਲੀ ਰਾਤ ਇੰਗਲੈਂਡ ਦੇ ਵਿੱਚ ਜਿਹੜਾ ਹੈ ਕਿ ਲਾਪਤਾ ਹੈ। ਉਸ ਤੋਂ ਬਾਅਦ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹ ਜਲੰਧਰ ਤੋਂ ਇੰਗਲੈਂਡ ਲਈ ਰਵਾਨਾ ਹੁੰਦੇ ਨੇ। ਗੁਰੂ ਅਸ਼ਮਨ ਦੇ ਪਿਤਾ ਜਾ ਕੇ ਸਾਰੀ ਤਹਿਕੀਕਾਤ ਕਰਦੇ ਨੇ, ਮੌਕਾ ਵੇਖਦੇ ਨੇ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬਣੇ, ਕਿਸ ਤਰੀਕੇ ਦੇ ਨਾਲ ਇਹ ਸਾਰਾ ਵਾਕਿਆ ਜਿਹੜਾ ਹੈ ਕਿ ਉਹ ਬਣਿਆ ਵੈ। ਤਹਿਕੀਕਾਤ ਹੁੰਦੀ ਹੈ, ਜਿਸ ਤੋਂ ਬਾਅਦ ਜੱਦੋ ਜਹਿਦ ਦੇ ਬਾਅਦ ਉੱਥੇ ਦੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਸ ਤਰੀਕੇ ਦੇ ਨਾਲ ਇਨਵੈਸਟੀਗੇਟ ਕੀਤਾ ਜਾਂਦਾ ਇਸ ਕੇਸ ਨੂੰ, ਅਤੇ ਕੁਝ ਦਿਨਾਂ ਬਾਅਦ ਗੁਰੂ ਅਸ਼ਮਨ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਮਿਲਦੀ ਹੈ। ਜਿਸ ਤੋਂ ਬਾਅਦ ਹੁਣ ਉਹਨੂੰ ਜਿਹੜਾ ਕਿ ਬੀਤੇ ਕੱਲ੍ਹ ਜਲੰਧਰ ਲਿਆਇਆ ਜਾਂਦਾ, ਅਤੇ ਅੱਜ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਦੀਆਂ ਰਸਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ। ਇਸ ਪਰਿਵਾਰ 'ਤੇ ਜਿਸ ਤਰ੍ਹਾਂ ਦੁੱਖਾਂ ਦਾ ਪਹਾੜ ਟੁੱਟਿਆ ਜਵਾਨ ਪੁੱਤ ਦਾ, ਇਸ ਤਰੀਕੇ ਦੇ ਨਾਲ ਇਸ ਦੁਨੀਆ ਤੋਂ ਚਲੇ ਜਾਣਾ, ਦੱਸ ਦਈਏ ਕਿ ਭਾਟੀਆ ਪਰਿਵਾਰ ਸ਼ਹਿਰ ਦਾ ਇੱਕ ਜਾਣਿਆ ਪਹਿਚਾਣਿਆ ਚਿਹਰਾ, ਲੰਮੇ ਸਮੇਂ ਤੋਂ ਸਿੱਖੀ ਦੇ ਨਾਲ ਜੁੜੇ ਕਾਰਜ ਹੋਣ ਜਾਂ ਹੋਰ ਵੀ ਸਮਾਜਿਕ ਕਈ ਕੰਮਕਾਰ ਹੋਣ, ਉਹਨਾਂ ਦੇ ਵਿੱਚ ਵੱਧ ਚੜ੍ਹ ਕੇ ਆਪਣੀ ਸ਼ਮੂਲੀਅਤ ਕਰਦਾ ਰਿਹਾ। ਪਰ ਜਿਸ ਤਰੀਕੇ ਦੇ ਨਾਲ ਇਸ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ, ਉਹਨੇ ਸਾਰੇ ਜਲੰਧਰ ਦੀਆਂ ਕਿ ਸਾਰੇ ਪੰਜਾਬ ਦੀਆਂ ਜਦੋਂ ਇਹ ਖਬਰਾਂ ਨਸ਼ਰ ਹੋਈਆਂ, ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਵੱਡੀ ਗਿਣਤੀ ਦੇ ਵਿੱਚ ਅੱਜ ਰਿਸ਼ਤੇਦਾਰ ਜਾਣਨ ਵਾਲੇ ਇੱਥੇ ਪਹੁੰਚੇ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾ ਰਿਹਾ, ਜਿੱਥੇ ਅੰਤਿਮ ਰਸਮਾਂ ਜਿਹੜੀਆਂ ਗੁਰੂ ਸਾਹਿਬ ਦੇ ਜਿਹੜੇ ਨੇ ਕਿ ਉਹ ਪਾਠ ਹੋ ਰਹੇ ਨੇ। ਹਾਲਾਂਕਿ ਪਰਿਵਾਰ ਦੇ ਸਦੱਸਿਆਂ ਨਾਲ ਜਦੋਂ ਗੱਲਬਾਤ ਕੀਤੀ ਹੈ, ਉਹਨਾਂ ਨੇ ਇਹ ਗੱਲ ਹਾਲੇ ਨਹੀਂ ਦੱਸ ਪਾਏ ਕਿ ਕੀ ਕਾਰਨ ਰਿਹਾ ਹੈ ਕਿ ਜਿਸ ਨਾਲ ਜਿਹੜੀ ਹੈ ਕਿ ਉਹ ਮੌਤ ਹੋਈ ਹੈ। ਪਰ ਜਿਸ ਤਰੀਕੇ ਦੇ ਨਾਲ ਜੋ ਹਾਲਾਤ ਅੱਜ ਬਣੇ ਨੇ, ਜੋ ਇਸ ਪਰਿਵਾਰ 'ਤੇ ਦੁੱਖਾਂ ਦਾ ਇੱਕ ਕਹਿਰ ਰੁੱਟਿਆ, ਉਹ ਆਪਣੇ ਆਪ ਦੇ ਵਿੱਚ ਹੀ ਸਾਰੇ ਲੋਕਾਂ ਨੂੰ ਜਿਹੜੀਆਂ ਹੈ ਕਿ ਉਹ ਝੰਜੋੜ ਕੇ ਰੱਖ ਦੇਣ ਵਾਲਾ ਹੈ। ਪਰਿਵਾਰਕ ਸਦੱਸਿਆਂ ਨਾਲ ਗੱਲਬਾਤ, ਹਾਲਾਂ ਵੀ ਹੁਣ ਉਹ ਕਹਿ ਰਹੇ ਨੇ ਕਿ ਹਾਲੇ ਮਾਮਲੇ ਦੀ ਹੀ ਜਾਂਚ ਚੱਲਦੀ ਪਈ ਹੈ ਕਿ ਅਸਲ ਮੌਤ ਦਾ ਜਿਹੜਾ ਹੈ ਕਾਰਨ ਉਹ ਕੀ ਬਣਿਆ ਵੈ। ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਸ਼ਮਸ਼ਾਨ ਘਾਟ ਤੋਂ, ਜਿੱਥੇ ਇਸ ਵੇਲੇ ਅੰਤਿਮ ਅਰਦਾਸ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ, ਜਵਾਨ ਪੁੱਤ ਦਾ ਇਸ ਤਰੀਕੇ ਦੇ ਨਾਲ ਇਸ ਦੁਨੀਆ ਤੋਂ ਚਲੇ ਜਾਣਾ। ਹਾਲਾਂਕਿ ਜਦੋਂ ਵਿਦੇਸ਼ ਮੁੰਡੇ ਨੂੰ ਭੇਜਿਆ ਸੀ ਕਿ ਚੰਗੇ ਭਵਿੱਖ ਵਾਸਤੇ ਜਲੰਧਰ ਤੋਂ ਵਿਦੇਸ਼ ਪੜ੍ਹਾਈ ਕਰਨ ਲਈ ਗਿਆ ਸੀ ਗੁਰੂ ਅਸ਼ਮਨ, ਤੁਹਾਨੂੰ ਦੱਸ ਦਈਏ ਕਿ ਭਾਟੀਆ ਪਰਿਵਾਰ ਦੇ ਵਿੱਚ ਇਹ ਦੋ ਬੇਟੇ ਨੇ ਉਹਨਾਂ ਦੇ, ਜਿਨ੍ਹਾਂ 'ਚੋਂ ਇਹ ਵੱਡਾ ਬੇਟਾ ਦੱਸਿਆ ਜਾ ਰਿਹਾ ਗੁਰੂ ਅਸ਼ਮਨ, ਜਿਹਦੀ ਇੰਗਲੈਂਡ ਦੇ ਵਿੱਚ
ਮੌਤ ਹੋਈ ਹੈ। ਛੋਟਾ ਬੇਟਾ ਜਿਹੜਾ ਹੈ ਕਿ ਉਹ ਇਸ ਦੁਨੀਆਂ 'ਚ ਇਸ ਵੇਲੇ ਹੁਣ ਇਹਨਾਂ ਦੇ ਕੋਲ ਰਹਿ ਗਿਆ। ਦੂਰ ਦੁਰਾਡੇ ਤੋਂ ਜਿਹੜੇ ਨੇ ਕਿ ਉਹ ਰਿਸ਼ਤੇਦਾਰ ਵੀ ਪਹੁੰਚੇ ਨੇ ਇਸ ਦੁੱਖ ਦੀ ਘੜੀ 'ਚ, ਪਰਿਵਾਰ ਦੇ ਨਾਲ ਖੜ੍ਹੇ ਨੇ।